ਸਤਿ ਸ਼੍ਰੀ ਅਕਾਲ ਲੋਕਰਾਣਾ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਸੀਨੀਅਰ ਪੱਤਰਕਾਰ ਸਰਦਾਰ ਹਮੀਰ ਸਿੰਘ। ਹਮੀਰ ਸਿੰਘ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਜੀ ਲੋਕਰਾਣਾ ਤੇ। ਸ਼ੁਕਰੀਆ ਜੀ। ਜੀ ਹਮੀਰ ਸਿੰਘ ਜੀ, ਜੋ ਹੁਣ ਕਨਸੈਪਟ ਇਹ 2022 ਦੀਆਂ ਚੋਣਾਂ ਤੋਂ ਬਾਅਦ ਨਿਕਲ ਕੇ ਸਾਹਮਣੇ ਆ ਰਿਹਾ ਕਿ ਪੰਜਾਬ ਨੂੰ ਇੱਕ ਖੇਤਰੀ ਪਾਰਟੀ ਦੀ ਲੋੜ, ਹਾਲਾਂਕਿ ਜਥੇਦਾਰ ਸਾਹਿਬ ਦਾ ਬਿਆਨ ਆਇਆ ਸੀ ਕਿ ਖੇਤਰੀ ਪਾਰਟੀ ਦਾ ਜਾਂ ਸ਼੍ਰੋਮਣੀ ਅਕਾਲੀ ਦਲ ਦਾ ਖਤਮ ਹੋ ਜਾਣਾ ਕਿਤੇ ਨਾ ਕਿਤੇ ਸਿੱਖਾਂ ਦੇ ਲਈ ਘਾਤਕ ਹੈ। ਜੋ ਹੁਣ ਗੱਲ ਚੱਲਦੀ ਹੈ ਕਿ ਜੋ ਇੱਕ ਖੇਤਰੀ ਪਾਰਟੀ ਹੋਣੀ ਚਾਹੀਦੀ ਹੈ, ਉਸ ਖੇਤਰੀ ਪਾਰਟੀ ਦਾ ਕਨਸੈਪਟ ਕੀ ਹੈ ਅਤੇ ਰੂਪ ਰੇਖਾ ਕੀ ਜਿਸ ਤੁਸੀਂ ਗੱਲ ਕਰਦੇ ਹੋ? ਅਸਲ 'ਚ ਇਹ ਹੈ ਕਿ ਕਿਉਂਕਿ ਭਾਰਤ ਇੱਕ ਐਡਾ ਵੱਡਾ ਦੇਸ਼ ਹੈ, ਇੱਥੇ ਕਿੰਨੇ ਟਾਈਪ ਦੀ ਵੰਨ ਸੁਵੰਨਤ ਹੈ, ਅਲੱਗ ਅਲੱਗ ਉਹਨਾਂ ਦਾ ਵਿਰਸਾ ਹੈ, ਬੋਲੀਆਂ ਨੇ, ਧਰਮ ਹੈ, ਪਿਛੋਕੜ ਹੈ, ਬਹੁਤ ਵੰਨ ਸੁਵੰਨਤਾਵਾਂ ਦੇ ਕਰਕੇ ਇਹਦੇ ਲਈ ਬਹੁਤ ਵੱਡੀ ਲੋੜ ਹੈ ਕਿ ਇਹਨੂੰ ਸਹੀ ਅਰਥਾਂ 'ਚ ਫੈਡਰਲ ਢਾਂਚੇ ਦੇ ਵਿੱਚ ਬਦਲਿਆ ਜਾਵੇ। ਜਿਹੜਾ ਹੁਣ ਤਾਕਤਾਂ ਦੇ ਕੇਂਦਰੀਕਰਨ ਦਾ ਰੁਝਾਨ ਹੈ ਲਗਾਤਾਰ ਕਿ ਪ੍ਰਧਾਨ ਮੰਤਰੀ ਸਭ ਕੁਝ ਕਰੂਗਾ, ਕੇਂਦਰ ਸਰਕਾਰ ਸਭ ਆਪਣੇ ਹੱਥਾਂ 'ਚ ਲੈ ਰਹੀ ਹੈ, ਇਹ ਦੇਸ਼ ਦੇ ਹਿੱਤ ਦੇ ਵਿੱਚ ਨਹੀਂ, ਦੇਸ਼ ਦੇ ਹਿੱਤ 'ਚ ਸਹੀ ਫੈਡਰਲ ਢਾਂਚੇ ਦੀ ਲੋੜ ਹੈ। ਤਾਂ ਫੈਡਰਲ ਢਾਂਚੇ ਵਾਸਤੇ ਫਿਰ ਕੀ ਹੈ ਕਿ ਉਹ ਖੇਤਰ ਦੀਆਂ ਸਮੱਸਿਆਵਾਂ ਉਭਾਰਨ ਦੇ ਵਾਸਤੇ ਤਾਂ ਖੇਤਰੀ ਪਾਰਟੀਆਂ ਦੀ ਵੀ ਜ਼ਰੂਰਤ ਹੈ। ਖੇਤਰੀ ਪਾਰਟੀਆਂ ਦਾ ਮਤਲਬ ਕੇਵਲ ਇੰਨਾ ਨਹੀਂ ਹੈ ਨਾ ਕਿ ਉਹ ਪੰਜਾਬ ਦੀ ਪਾਰਟੀ ਹੈ, ਬਾਹਰ ਉਹਦਾ ਕੋਈ ਯੂਨਿਟ ਨਹੀਂ ਹੈ, ਮਤਲਬ ਇਹ ਹੈ ਕਿ ਉਹ ਪੰਜਾਬ ਦੇ ਸਰੋਕਾਰਾਂ ਦੇ ਨਾਲ ਜੁੜੇ ਜਿਹੜੇ ਮੁੱਦੇ ਨੇ ਉਹਨਾਂ ਮੁੱਦਿਆਂ ਦਾ ਇੱਕ ਏਜੰਡਾ ਲੈ ਕੇ ਲਗਾਤਾਰ ਆਵਾਜ਼ ਉਠਾਉਂਦੀ ਹੈ, ਉਹਨਾਂ 'ਤੇ ਲੜਦੀ ਹੈ। ਜਿਵੇਂ ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਲੜਦਾ ਰਿਹਾ, ਉਹ ਪੰਥ ਦੇ ਲਈ, ਪੰਜਾਬ ਦੇ ਲਈ, ਪੰਜਾਬੀ ਬੋਲਦੇ ਇਲਾਕਿਆਂ ਲਈ ਜਾਂ ਪੰਜਾਬੀ ਸੂਬਾ ਬਣਾਉਣ ਲਈ ਵੀ ਮੋਰਚਾ ਲੱਗਿਆ, ਫਿਰ ਈਵਨ ਮਨੁੱਖੀ ਅਧਿਕਾਰਾਂ ਲਈ 1975 ਦਾ ਜਿਹੜੀ ਐਮਰਜੈਂਸੀ ਲੱਗੀ ਉਹਦੇ ਖਿਲਾਫ਼, ਉਹ ਕੇਵਲ ਪੰਜਾਬ ਦੇ ਖਿਲਾਫ਼ ਤਾਂ ਨਹੀਂ ਸੀ, ਪੂਰੇ ਲੋਕਾਂ ਦੇ ਖਿਲਾਫ਼ ਸੀ, ਉਹਦੇ 'ਤੇ ਵੀ ਉਸ ਫਿਲਾਸਫੀ ਦੇ ਆਧਾਰ 'ਤੇ ਉਹ ਲੜਿਆ। ਔਰ ਇਹ ਜਿਹੜਾ ਇੱਕ ਸਪਿਰਿਟ ਸੀ, ਭਾਵਨਾ ਸੀ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ, ਆਪਣੇ ਖਿੱਤੇ ਨੂੰ ਪ੍ਰਫੁੱਲਿਤ ਕਰਨਾ, ਅਤੇ ਆਪਣੇ ਖਿੱਤੇ ਨੂੰ ਪ੍ਰਫੁੱਲਿਤ ਕਰਦੇ ਹੋਏ ਬਾਕੀ ਦੇ ਦੇਸ਼ ਦੇ ਨਾਲ ਵੀ ਉਹਦੇ ਬਾਰੇ ਵੀ ਵਧੀਆ ਗੱਲ ਕਰਨਾ, ਇਹ ਅਕਾਲੀ ਦਲ ਦਾ ਏਜੰਡਾ ਸੀ। ਪਰ ਅਕਾਲੀ ਦਲ ਆਪਣੇ ਏਜੰਡੇ ਤੋਂ ਤਿਲਕ ਗਿਆ, ਖਾਸ ਤੌਰ 'ਤੇ 1996 'ਚ। 1996 ਦੇ ਵਿੱਚ ਜਦ ਕੇਂਦਰ 'ਚ BJP ਦੀ ਸਰਕਾਰ ਆਈ, 13 ਦਿਨ ਦੀ ਵਾਜਪਾਈ ਸਰਕਾਰ ਬਣੀ ਪਹਿਲਾਂ, ਉਦੋਂ ਹੀ ਉਹਨੇ ਅਨਾਊਂਸ ਕਰਤਾ ਸੀ ਕਿ ਅਸੀਂ ਬਿਨਾਂ ਸ਼ਰਤ ਹਮਾਇਤ ਦੇ ਰਹੇ ਹਾਂ। ਬਿਨਾਂ ਸ਼ਰਤ ਹਮਾਇਤ ਜੇਕਰ ਕੋਈ ਖੇਤਰੀ ਪਾਰਟੀ ਦਿੰਦੀ ਹੈ, ਖਾਸ ਤੌਰ 'ਤੇ ਅਕਾਲੀ ਦਲ ਵਰਗੀ ਜਿਹੜੀ ਇੱਕ ਘੱਟ ਗਿਣਤੀ ਕੌਮ ਨੂੰ ਦੀ ਪ੍ਰਤੀਨਿਧ ਕਹਾਉਂਦੀ ਹੈ ਆਪਣੇ ਆਪ ਨੂੰ, ਤਾਂ ਉਹਨੂੰ ਉਹਦੇ ਨਾਲ ਇਹ ਚੱਲਦਾ ਨਹੀਂ ਹੈ, ਕਿਉਂਕਿ ਉਹਨੂੰ ਤਾਂ ਸਮੇਂ 'ਤੇ ਆਪਣੇ ਮੁੱਦੇ ਉਠਾਉਣੇ ਪੈਣਗੇ। ਜੇ ਤੁਸੀਂ ਬਿਨਾਂ ਸ਼ਰਤ ਕਰਤਾ ਫਿਰ ਤੁਸੀਂ ਆਪਣਾ ਮੁੱਦਾ ਉਠਾ ਹੀ ਨਹੀਂ ਸਕਦੇ, ਫਿਰ ਜੋ ਕੇਂਦਰ ਦੀ ਪਾਰਟੀ ਕਰੂਗੀ ਕਰਦੀ ਜਾਊਗੀ। ਇਸ ਕਰਕੇ ਉਦੋਂ ਤੋਂ ਲੈ ਕੇ ਜੇਕਰ ਆਪਾਂ ਸਾਰੇ ਕਦਮ ਦੇਖਦੇ ਹਾਂ ਤਾਂ ਅਕਾਲੀ ਦਲ ਫੈਸਲੇ ਨਹੀਂ ਲੈ ਸਕਿਆ। ਅਕਾਲੀ ਦਲ ਨੇ ਫੈਸਲਾ ਜਿਹੜਾ, ਮੰਨ ਲਓ ਗੁਜਰਾਤ ਦੇ ਵਿੱਚ ਦੰਗੇ ਹੋਏ, ਮੁਸਲਮਾਨ ਇੰਨੇ ਵੱਡੇ ਪੱਧਰ 'ਤੇ ਮਾਰੇ, ਪਰ ਅਕਾਲੀ ਦਲ ਨਹੀਂ ਸਟੈਂਡ ਲੈ ਸਕਿਆ ਘੱਟ ਗਿਣਤੀਆਂ ਦੇ ਪੱਖ 'ਚ, ਹਾਲਾਂਕਿ ਪਹਿਲਾਂ ਸਟੈਂਡ ਲੈਂਦਾ ਸੀ, ਉਹਦੇ 'ਤੇ ਖੁੱਲ੍ਹ ਕੇ ਸਟੈਂਡ ਨਹੀਂ ਲੈ ਸਕਿਆ। ਇਸੇ ਤਰੀਕੇ ਦੇ ਨਾਲ ਹੁਣ ਲੇਟੈਸਟ ਜਿੰਨੀਆਂ ਘਟਨਾਵਾਂ ਨੇ, ਚਾਹੇ ਉਹ ਕਸ਼ਮੀਰ ਦੀ 370 ਤੋੜਨ ਦਾ ਮਾਮਲਾ ਹੈ, ਧਾਰਾ 25 ਤੋੜ ਕੇ ਡਿਊਟੀ ਬਣਾਉਣ ਦਾ ਮਾਮਲਾ ਹੈ, ਉਹ UAPA ਦਾ ਮਾਮਲਾ ਹੈ, ਉਹ ਡਿਫਰੈਂਟ ਹੈ। ਈਵਨ ਪਹਿਲਾਂ ਖੇਤੀ ਕਾਨੂੰਨਾਂ 'ਤੇ ਵੀ ਉਹ ਤਾਂ ਮਜਬੂਰੀ ਬਾਅਦ ਜਦੋਂ ਕਿਸਾਨਾਂ ਦਾ ਅੰਦੋਲਨ ਐਡਾ ਵੱਡਾ ਹੋ ਗਿਆ ਤਾਂ ਵਾਪਸ ਆਏ, ਉਹਨਾਂ ਦੀ ਹਮਾਇਤ ਕਰਨ ਲੱਗ ਗਿਆ ਸੀ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਸੀ ਅਸਲ ਦੇ ਵਿੱਚ ਉਹਨਾਂ ਏਜੰਡੇ ਤੋਂ ਤਲਕਾਤਾ ਆਪਦੇ ਤੋਂ, ਆਪਣੇ ਏਜੰਡੇ ਤੋਂ ਜਦੋਂ ਕੋਈ ਚੀਜ਼ ਤਿਲਕਦੀ ਹੈ ਤਾਂ ਫਿਰ ਉਹਦਾ ਭਰੋਸਾ ਨਹੀਂ ਰਹਿੰਦਾ ਲੋਕਾਂ 'ਚ, ਕਿਉਂਕਿ ਤੁਸੀਂ ਲੋਕਾਂ ਲਈ ਲੜਨ ਵਾਲੀ ਪਾਰਟੀ ਸੀ, ਖੜ੍ਹੇ ਸੀ, ਉਹ ਨਹੀਂ, ਇਸ ਲਈ ਉਹ ਮੂੰਹ ਉਤਰ ਗਏ। ਦੂਜਾ, ਅਕਾਲੀ ਦਲ ਨੇ ਏਜੰਡੇ ਤੋਂ ਇਲਾਵਾ ਫਿਰ ਕੀ ਕੀਤਾ, ਫਿਰ ਇਹ ਕੀਤਾ ਕਿ ਹੌਲੀ ਹੌਲੀ ਕਰਦੇ ਕਰਦੇ ਜਿਹੜਾ ਪਾਰਟੀ ਦੇ ਅੰਦਰ ਚੈੱਕ ਐਂਡ ਬੈਲੈਂਸ ਹੁੰਦਾ, ਸਮਤੋਲ ਹੁੰਦਾ, ਵੀ ਜੇ ਕੋਈ ਗਲਤੀ ਕਰਦਾ ਉਹਨੂੰ ਚੈੱਕ ਕਰਨ ਦਾ ਮਾਮਲਾ ਹੁੰਦਾ, ਉਹ ਵੀ ਖਤਮ ਕਰ ਲਿਆ। ਪਹਿਲਾਂ ਪੁਰਾਣੇ ਜ਼ਮਾਨੇ 'ਚ ਅਕਾਲੀ ਦਲ ਕੋਲ ਇੱਕ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੁੰਦਾ ਸੀ, ਅਕਾਲੀ ਦਲ ਦਾ ਪ੍ਰਧਾਨ ਹੁੰਦਾ ਸੀ, ਜਥੇਦਾਰ ਅਕਾਲ ਤਖ਼ਤ ਹੁੰਦਾ ਸੀ, ਇੱਕ ਜੇ ਕੋਈ ਚੀਫ ਮਿਨਿਸਟਰ ਜਦੋਂ ਸਰਕਾਰ ਬਣਦੀ ਹੈ ਚੀਫ ਮਿਨਿਸਟਰ ਹੁੰਦਾ, 4 ਅਹੁਦੇ ਹੁੰਦੇ ਸੀ ਵੱਡੇ ਬਰਾਬਰ ਦੇ। ਫਿਰ ਚੱਲਦੇ ਚੱਲਦੇ ਇਹ 4 ਅਹੁਦੇ ਇੱਕ ਪਰਿਵਾਰ ਕੋਲ ਚਲੇ ਗਏ, ਇਹੀ ਸਭ ਤੋਂ ਵੱਡਾ ਐਲੀਗੇਸ਼ਨ ਇੱਥੇ ਲੱਗਦਾ ਹੁਣ ਦੋਸ਼, ਕਿ ਇੱਕ ਪਰਿਵਾਰ ਦੀ ਪਾਰਟੀ ਹੋ ਗਈ, ਸਿਧਾਂਤ ਦੀ ਪਾਰਟੀ ਨਹੀਂ ਰਹੀ, ਪੰਥ ਦੀ ਪਾਰਟੀ ਨਹੀਂ ਰਹੀ, ਪੰਜਾਬੀ ਦੀ ਪਾਰਟੀ ਨਹੀਂ ਰਹੀ। ਉਹ ਜਥੇਦਾਰ ਚਾਹੇ ਬੇਸ਼ੱਕ ਕਹਿਣ ਕਿ ਅਕਾਲੀ ਦਲ ਹੀ ਹੋਇਆ, ਪਰ ਐਸੇ ਸੂਰਤ ਦਾ ਅਕਾਲੀ ਦਲ ਨਹੀਂ। ਮਤਲਬ ਜੇ ਖੇਤਰੀ ਪਾਰਟੀ ਚਾਹੀਦੀ ਹੈ, ਉਹ ਖੇਤਰੀ ਪਾਰਟੀ ਇੱਕ ਅਸਲੋਂ ਹੀ ਮੌਜੂਦਾ ਸਮੇਂ ਦੇ ਵਿੱਚ ਪੰਜਾਬ ਦੇ ਭਵਿੱਖ ਨਾਲ ਜੁੜੇ ਏਜੰਡੇ ਵਾਲੀ ਪਾਰਟੀ। ਜੇਕਰ ਪੰਜਾਬ ਦੇ ਸੰਦਰਭ ਦੇ ਵਿੱਚ ਗੱਲ ਕਰੀਏ, ਜੋ ਹੁਣ ਤੁਸੀਂ ਵੀ ਗੱਲ ਉਭਾਰਦੇ ਹੋ ਖੇਤਰੀ ਪਾਰਟੀ, ਜੋ ਪਰ ਖੇਤਰੀ ਪਾਰਟੀ ਦੀ ਜੋ ਖੇਤਰੀ ਲੀਡਰਸ਼ਿਪ ਹੋਊਗੀ ਉਹ ਪੁਰਾਣੀ ਪਾਰਟੀ ਦੇ ਵਿੱਚੋਂ ਬੰਦੇ ਲਏ ਜਾਣ ਦੀ ਸੰਭਾਵਨਾ, ਜਾਂ ਫਿਰ ਜੋ ਨਵੇਂ ਲੀਡਰਸ਼ਿਪ ਦਾ ਮੂੰਹ ਮੁਹੰਦਰ ਨਵੇਂ ਲੋਕ ਅੱਗੇ ਆਉਣਗੇ? ਔਰ ਲੱਗਦਾ ਨਹੀਂ ਕਿ ਪੁਰਾਣੇ ਅਜੇ ਜਿਹੜੇ ਬਹੁਤ
ਜਿਨ੍ਹਾਂ 'ਤੇ ਭਰੋਸਾ ਪੂਰੀ ਤਰ੍ਹਾਂ ਉੱਠ ਗਿਆ, ਜੇ ਉਹੀ ਅੱਗੇ ਲੱਗਣਗੇ ਫਿਰ ਭਰੋਸਾ ਬਹਾਲ ਕਿਵੇਂ ਹੋਊ? ਜਿਵੇਂ ਕਈ ਲੀਡਰ ਗੱਲ ਕਰਦੇ ਨੇ, ਸੁਖਪਾਲ ਸਿੰਘ ਖਹਿਰਾ ਹੋ ਗਏ, ਜਿਵੇਂ ਹੋਰ ਤਮਾਮ ਲੀਡਰ ਨੇ, ਮੈਨੂੰ ਲੱਗਦਾ ਕਿ ਇਸ ਪਾਰਟੀ ਨੂੰ ਜਿਵੇਂ ਹੁਣ ਜਿਹੜਾ ਇੱਕ ਮਾਹੌਲ ਬਣ ਰਿਹਾ ਦੇਸ਼ ਦੇ ਵਿੱਚ, ਸੁਖਪਾਲ ਸਿੰਘ ਖਹਿਰਾ ਤਾਂ ਕੋਈ ਫੈਡਰਲਿਜ਼ਮ ਦਾ ਲੀਡਰ ਹੀ ਨਹੀਂ ਹੈ, ਉਹ ਤਾਂ ਕਾਂਗਰਸ ਦਾ ਲੀਡਰ ਹੈ, ਹੁਣ ਕਾਂਗਰਸ ਦਾ ਲੀਡਰ ਹੈ ਅਤੇ ਕਾਂਗਰਸ ਦੀ ਲਾਈਨ ਟੋ ਹੋਏਗੀ, ਸਿੱਧੂ ਸੁਖਪਾਲ ਖਹਿਰਾ ਜੋ ਮਰਜ਼ੀ ਕਰੀਏ। ਕਈ ਲੀਡਰ ਥੌਟ ਉਹੀ ਲੈ ਕੇ ਚੱਲਦੇ ਨੇ ਕਿ ਫੈਡਰਲਿਜ਼ਮ ਦੀ ਗੱਲ ਨਹੀਂ, ਕਿੱਥੇ ਫੈਡਰਲਿਜ਼ਮ, ਉਹਦੇ 'ਚ ਕਾਂਗਰਸ 'ਚ ਫੈਡਰਲਿਜ਼ਮ ਕਿੱਥੇ ਆਜੂਗਾ? ਕਾਂਗਰਸ ਨੇ 1975 ਦੇ ਵਿੱਚ ਐਮਰਜੈਂਸੀ ਲਾਈ, 76 ਦੇ ਵਿੱਚ ਉਹਨੇ ਐਜੂਕੇਸ਼ਨ ਚੱਕ ਕੇ ਸੈਂਟਰਲ ਖੇਤਰ 'ਚ ਚਲਾ ਗਿਆ ਸਾਂਝੀ ਸੂਚੀ ਦੇ ਵਿੱਚ। ਕਾਂਗਰਸ ਵੀ ਤਾਕਤਾਂ ਦਾ ਕੇਂਦਰੀਕਰਨ ਕਰਦੀ ਰਹੀ ਅਤੇ BJP ਨੇ ਉਦੋਂ ਜ਼ਿਆਦਾ ਕਰਨਾ ਸ਼ੁਰੂ ਕਰਤਾ। ਮਤਲਬ ਨੈਸ਼ਨਲ ਪਾਰਟੀ 'ਚ ਰਹਿ ਕੇ ਜਿੱਥੇ ਨੈਸ਼ਨਲ ਹਾਈਕਮਾਂਡ ਤੁਹਾਨੂੰ ਡਿਕਟੇਟ ਕਰਦੀ ਹੋਵੇ, ਉੱਥੇ ਤੁਸੀਂ ਫੈਡਰਲਿਜ਼ਮ ਦੀ ਗੱਲ ਆਜ਼ਾਦ ਰੂਪ ਦੇ ਵਿੱਚ ਕਿਵੇਂ ਕਰ ਸਕਦੇ? ਇਸੇ ਲਈ ਤਾਂ ਖੇਤਰੀ ਧਿਰ ਦੀ ਲੋੜ ਹੈ। ਖੇਤਰੀ ਧਿਰ ਦੀ ਲੋੜ ਇਹ ਹੈ ਕਿ ਉਹ ਚਾਹੇ ਉੱਥੇ ਮੋਰਚਾ ਲਾਵੇ, ਅੰਦੋਲਨ ਕਰੇ, ਲੋਕਾਂ ਨੂੰ ਸਹਿਮਤ ਕਰਾਵੇ, ਇੱਕ ਵਿਆਪਕ ਮੁੱਦਾ ਉਭਾਰੇ। ਜਿਵੇਂ ਹੁਣ ਇਹਨਾਂ ਦਿਨਾਂ ਦੇ ਵਿੱਚ 2024 ਤੋਂ ਪਹਿਲਾਂ ਕਿਹਾ ਜਾ ਰਿਹਾ ਕਿ ਜਿੰਨੀਆਂ ਵੀ ਖੇਤਰੀ ਪਾਰਟੀਆਂ ਨੇ ਉਹ ਮਿਲ ਕੇ ਇੱਕ ਸਾਂਝਾ ਫੈਡਰਲ ਫਰੰਟ ਬਣਾਉਣ, ਜਿਹਦੇ 'ਤੇ ਕਈ ਪਾਰਟੀਆਂ ਲੱਗ ਵੀ ਰਹੀਆਂ ਨੇ, ਚਾਹੇ ਉਹ ਪਾਰਟੀ ਮਤਲਬ ਤਾਮਿਲਨਾਡੂ ਦੀ ਪਾਰਟੀ ਹੈ DMK, ਜਿਹੜਾ MK ਸਟਾਲਿਨ ਅਗਵਾਈ ਕਰ ਰਿਹਾ, ਔਰ ਦੂਜੀ ਮਮਤਾ ਬੈਨਰਜੀ ਹੈ, ਤੀਜਾ ਕੇ ਚੰਦਰ ਸ਼ੇਖਰ ਰਾਓ ਹੈ ਤੇਲੰਗਾਨਾ ਵਾਲਾ। ਕਿੰਨੇ ਗਰੁੱਪ ਨੇ ਜਿਹੜੇ ਇੱਕ ਇਹ ਚਾਹੁੰਦੇ ਨੇ ਕਿ ਇਹੋ ਜਿਹੇ ਧਿਰਾਂ ਨੂੰ ਇਕੱਠੀਆਂ ਹੋਣਾ ਚਾਹੀਦਾ। ਪਿੱਛੇ ਜਦੋਂ NDA ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਹਰ ਆਇਆ ਸੀ, ਉਹਨਾਂ ਨੇ ਵੀ ਇਹੋ ਜਿਹਾ ਇੱਕ ਉਪਰਾਲਾ ਕੀਤਾ ਸੀ। ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਹਿਰਾ, ਮਮਤਾ ਬੈਨਰਜੀ ਨੂੰ ਮਿਲ ਕੇ ਵੀ ਆਏ ਸੀ ਕਿ ਅਸੀਂ ਖੇਤਰੀ ਪਾਰਟੀਆਂ ਨੂੰ ਇਕੱਠੇ ਕਰਾਂਗੇ, ਅਸੀਂ ਚਾਹੁੰਦੇ ਹਾਂ ਕਿ ਸੈਂਟਰ ਸਰਕਾਰ BJP ਸਰਕਾਰ ਦੇ ਖਿਲਾਫ ਇੱਕ ਲੜਾਈ ਲੜੀ ਜਾਵੇ। ਅਕਾਲੀ ਦਲ ਵੀ ਉਪਰਾਲਾ ਕੀਤਾ? ਕੋਈ ਉਪਰਾਲਾ ਤਾਂ ਦਿਖਾਈ ਨਹੀਂ ਦਿੰਦਾ ਕਿਤੇ ਵੀ ਨਹੀਂ। ਤੁਸੀਂ ਚੁੱਪ ਹੋ, ਜਿੰਨੇ ਫੈਸਲੇ ਗੌਰਮੈਂਟ ਆਫ ਇੰਡੀਆ ਕਰਦੀ ਹੈ ਉਹਦੇ ਖਿਲਾਫ ਕੋਈ ਬੋਲਦੇ ਹੋਣ ਵੀ, ਉਹਦੇ ਖਿਲਾਫ਼ ਕੋਈ ਮੋਰਚਾ, ਕੋਈ ਧਰਨਾ, ਕੋਈ ਮੁਜ਼ਾਹਰਾ, ਠੀਕ ਹੈ ਇੱਕ ਅੱਧੀ ਸਟੇਟਮੈਂਟ ਮਾੜੀ ਮੋਟੀ ਕਦੇ ਦੇਤੀ ਕਦੇ ਦੇਤੀ, ਤੁਸੀਂ ਵੱਡੇ ਸਿਧਾਂਤਕ ਮੁੱਦਿਆਂ 'ਤੇ ਅਜੇ ਵੀ ਨਹੀਂ ਬੋਲ ਰਹੇ ਤੁਸੀਂ ਉਹਨਾਂ ਦੇ ਖਿਲਾਫ਼। ਔਰ ਜੇ ਬੋਲੋਗੇ ਨਹੀਂ, ਇਕੱਲਾ ਉਹੀ ਕਹੋਗੇ ਅਸੀਂ ਫੈਡਰਲ ਪਾਰਟੀਆਂ, ਅਸੀਂ ਚਾਹੁੰਦੇ ਹਾਂ ਜੀ ਫੈਡਰਲ, ਅਸੀਂ ਫਲਾਨਾ, ਉਹਨੇ ਨਹੀਂ ਕੁਛ ਕਰਨਾ। ਭਰੋਸੇਯੋਗ ਤਾਂ ਇਸੇ ਕਰਕੇ ਬਣ ਨਹੀਂ ਰਹੀ ਕਿ ਤੁਸੀਂ ਦਿਲੋਂ ਨਹੀਂ ਹੈ। ਹੁਣ ਤਾਂ ਜਿਹੜੀਆਂ ਵੱਡੀਆਂ ਪਾਰਟੀਆਂ ਨੇ ਜਿਹੜੀ ਜਿੱਤ ਦੇ ਵਿੱਚ ਨੇ ਸਾਹਮਣੇ ਨੇ, ਉਹਨਾਂ ਦੇ ਨਾਲ ਲੱਗ ਜਾਓ ਤੁਸੀਂ, ਤੁਸੀਂ ਇਕੱਠੀਆਂ ਕੀ ਕਰੋਗੇ? ਇਕੱਠੀਆਂ ਤਾਂ ਹੋ ਰਹੀਆਂ ਨੇ, ਤੁਹਾਡੀ ਨੁਮਾਇੰਦਗੀ ਨਹੀਂ ਹੈ ਉਹਨਾਂ ਦੇ ਨਾਲ ਜੁੜ ਕੇ। ਔਰ ਤੁਸੀਂ ਐਲਾਨ ਕਰੋ ਕਿ BJP ਅਤੇ ਕਾਂਗਰਸ ਤੋਂ, BJP ਤੋਂ ਬਿਨਾਂ ਜਿਹੜਾ ਐਲਾਨ ਉੱਥੇ ਹੋਏਗਾ ਆਪਾਂ ਦੇਖਾਂਗੇ ਜੀ, ਉਹਦੇ 'ਚ ਸ਼ਾਮਿਲ ਹੋਵਾਂਗੇ। ਜੋ ਇੱਕ ਸਕੋਪ ਸੀ ਪੰਜਾਬ ਕੋਲ, ਜਾਂ ਆਪਾਂ ਕਹਿ ਸਕਦੇ ਹਾਂ ਕਿ ਦੇਸ਼ ਲੈਵਲ 'ਤੇ ਉਸ ਗੱਲ ਨੂੰ ਲੈ ਜਾਓ, ਪਰ ਪੰਜਾਬ ਦੇ ਸੰਦਰਭ 'ਚ ਗੱਲ ਕਰਾਂਗੇ, ਕਿਸਾਨੀ ਅੰਦੋਲਨ, ਕਿਸਾਨੀ ਅੰਦੋਲਨ ਇਤਿਹਾਸਿਕ ਅੰਦੋਲਨ, ਐਡਾ ਵੱਡਾ ਅੰਦੋਲਨ, ਉਹਦੇ 'ਚੋਂ ਨਵੀਂ ਲੀਡਰਸ਼ਿਪ ਉੱਭਰ ਕੇ ਸਾਹਮਣੇ ਕਿਉਂ ਨਾ ਆ ਸਕੀ? ਪੁਰਾਣੀ ਲੀਡਰਸ਼ਿਪ ਦੇ ਦੁਆਲੇ, ਹਾਲਾਂਕਿ ਰੋਲ ਵਧੀਆ ਰਿਹਾ ਕਿਸਾਨ ਜਥੇਬੰਦੀਆਂ ਦਾ, ਉਸ ਲੀਡਰਸ਼ਿਪ ਦੁਆਲੇ ਹੀ ਅੰਦੋਲਨ ਕਿਉਂ ਘੁੰਮਿਆ? ਐਡੇ ਵੱਡੇ ਅੰਦੋਲਨ 'ਚੋਂ ਕੁਛ ਨਵੇਂ ਚਿਹਰੇ ਨਿਕਲ ਕੇ ਕਿਉਂ ਨਾ ਸਾਹਮਣੇ ਆ ਸਕੇ? ਅਸਲ ਦੇ ਵਿੱਚ ਅੰਦੋਲਨ ਇਕੱਲਾ ਕਿਸਾਨੀ 3 ਕਾਨੂੰਨਾਂ ਅਤੇ ਕਿਸਾਨੀ ਮੰਗਾਂ 'ਤੇ ਸੀ। ਕਿਸਾਨ ਜਥੇਬੰਦੀ ਦਾ ਇੱਕ ਦਾਇਰਾ ਲਿਮਿਟਡ ਹੁੰਦਾ ਮੁਕਾਬਲਤਾ, ਉਹ ਪੋਲੀਟਿਕ ਪਾਲੀਟਿਕਸ ਦਾ ਦਾਇਰਾ ਓਵਰਆਲ ਸਾਰੇ ਵਰਗਾਂ ਨੂੰ ਆਪਣੇ ਕਲਾਵੇ 'ਚ ਲੈਂਦਾ। ਕਿਸਾਨ ਅੰਦੋਲਨ ਬਿਨਾਂ ਸ਼ੱਕ ਬਹੁਤ ਵੱਡਾ ਅੰਦੋਲਨ ਸੀ, ਸਾਰੇ ਵਰਗਾਂ ਨੂੰ ਉਹਨੇ ਪ੍ਰਭਾਵਿਤ ਕੀਤਾ, ਪਰ ਕਿਸਾਨ ਜਥੇਬੰਦੀਆਂ ਦਾ ਇੱਕ ਜਿਹੜਾ ਸੋਚ ਦਾ ਦਾਇਰਾ ਅਤੇ ਜਿਹੜਾ ਇੱਕ ਏਜੰਡਾ, ਉਹ ਉੱਥੇ ਤੱਕ ਸੀਮਤ ਹੈ। ਹਾਂ, ਜਾਂ ਤਾਂ ਉਹ ਕੋਈ ਏਜੰਡਾ ਵੱਡਾ ਬਣਾ ਕੇ ਸਹਿਮਤੀ ਨਾਲ ਇੱਕ ਵਿਆਪਕ ਸਮਾਜ ਦਾ ਏਜੰਡਾ ਬਣਾ ਕੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਆਉਂਦੀਆਂ, ਨਿਤਰਦੀਆਂ, ਉਹਦੇ 'ਚ ਵੀ ਦੂਜੇ ਸਾਰੇ ਵਰਗਾਂ ਨੂੰ ਸ਼ਾਮਿਲ ਕਰਦੀਆਂ। ਇਕੱਲਾ ਇਹ ਨਹੀਂ ਮੇਰੀ ਯੂਨੀਅਨ, ਫਿਰ ਤਾਂ 21% ਪਾਪੂਲੇਸ਼ਨ ਕਿਸਾਨਾਂ ਦੀ, ਅਤੇ ਇਕੱਲਿਆ ਕਿਸਾਨ ਹੀ ਸਾਰੇ ਚੋਣਾਂ 'ਚ ਖੜ੍ਹੇ ਹੋ ਜਾਓ, ਕਿਸਾਨ ਹੀ ਸਾਰਾ ਗੱਲ ਕਰੋ, ਇਹ ਨਹੀਂ ਟੋਟਲ ਪਾਪੂਲੇਸ਼ਨ ਨੂੰ ਦੇ ਵਿੱਚੋਂ ਲੀਡਰਸ਼ਿਪ ਐਮਰਜ ਕਰਾਉਣ ਦੀ ਗੱਲ ਹੈ। ਔਰ ਇਹ ਗੱਲ ਖੁੰਝ ਗਈ ਇਸੇ ਕਰਕੇ ਲੋਕਾਂ ਨੇ ਵੋਟ, ਲੋਕਾਂ ਦਾ ਕਿ ਪੂਰਾ ਮਨ ਇਹ ਸੀ ਕਿ ਆਪਾਂ ਇਹਨਾਂ ਨੂੰ ਹਰਾਉਣਾ, ਜਿਹੜੀਆਂ ਪੁਰਾਣੀਆਂ ਪਾਰਟੀਆਂ ਨੇ ਕਿਹਨੂੰ ਜਿਤਾਉਣਾ, ਉਹਨਾਂ ਦੇ ਸਾਹਮਣੇ ਅਜੇ ਏਜੰਡੇ ਵਾਲਾ ਕੋਈ ਨਹੀਂ ਸੀ, ਇਸ ਕਰਕੇ ਲੋਕਾਂ ਨੇ ਇਹਨਾਂ ਨੂੰ ਹਰਾਇਆ, ਅਜੇ ਜਿਤਾਇਆ ਕਿਸੇ ਨੂੰ ਨਹੀਂ। ਉਹ ਪ੍ਰੈਕਟੀਕਲੀ ਜਿਹੜਾ ਸਭ ਦੇ ਸਾਹਮਣੇ ਦਿਖਾਈ ਦੇ ਰਿਹਾ ਸੀ, ਹੁਣ ਆਮ ਆਦਮੀ ਪਾਰਟੀ ਦਿਖਾਈ ਦੇ ਰਹੀ, ਉਹ ਵੋਟਾਂ ਦਾ ਫਾਇਦਾ ਉਹਨੂੰ ਮਿਲ ਗਿਆ। ਮੈਨੂੰ ਇਹ ਲੱਗਦਾ ਕਿ ਇਹ ਇੱਕ ਅਗਲਾ ਇੱਕ ਕਦਮ ਸੀ ਜਿਹੜਾ ਸ਼ਾਇਦ ਲੋਕਾਂ ਦੀ ਇੱਛਾ, ਇਹ ਵੀ ਕਈ ਵਾਰ ਆਪਾਂ ਵੱਧ ਕੇ ਵੀ ਅੰਦਾਜ਼ਾ ਲਾ ਲੈਂਦੇ ਹਾਂ ਵੀ ਉਹਨਾਂ 'ਚੋਂ ਆਏਗਾ, ਇਹ ਵੀ ਮੇਰੇ ਖਿਆਲ ਹੋਣਾ ਸੀਗਾ। ਲੋਕਾਂ ਨੇ ਕਿਹਾ ਵੀ ਚੱਲ ਇਹਨਾਂ ਨੂੰ ਵੀ ਦੇਖ ਲਓ ਇੱਕ ਵਾਰ, ਇੱਕ ਮੌਕਾ ਦੇ ਹੀ ਦਿੰਦੇ ਹਾਂ। ਇਸ ਤੋਂ ਬਾਅਦ ਜਦੋਂ ਨਿਰਾਸ਼ਤਾ ਆਏਗੀ ਤਾਂ ਲਾਜ਼ਮੀ ਏਜੰਡੇ ਦੀ ਗੱਲ ਹੋਏਗੀ, ਅਤੇ ਏਜੰਡੇ 'ਚੋਂ ਫਿਰ ਇੱਕ ਨਵੀਂ ਪੋਲੀਟਿਕਸ ਆਊਗੀ। ਪੋਲੀਟਿਕਸ ਜ਼ਰੂਰੀ ਨਹੀਂ ਇੱਕ ਵਰਗ 'ਚੋਂ ਆਏ, ਔਰ ਆਉਣੀ ਵੀ ਨਹੀਂ ਚਾਹੀਦੀ, ਸਾਰੇ ਵਰਗਾਂ ਦੇ ਵਿੱਚੋਂ ਹੀ ਕੋਈ ਪੋਲੀਟੀਕਲ ਏਜੰਡਾ ਲੈ ਕੇ ਲੋਕ ਤੁਰਨਗੇ ਤਾਂ ਇੱਕ ਨਵੀਂ ਪਾਰਟੀ ਦੀ ਉਮੀਦ ਜਿਹੜੀ ਵੱਜੂਗੀ। ਔਰ ਤੁਸੀਂ ਦੇਖਣਾ ਜਿਹੋ ਜਿਹੇ ਕੰਮ ਇਹ ਕਰਨ ਲੱਗ ਗਏ ਨੇ, ਚਾਹੇ ਰਾਜ ਸਭਾ 'ਚ ਕੈਂਡੀਡੇਟ ਭੇਜਣ ਦੇ ਸਵਾਲ ਹੋਣ, ਚਾਹੇ ਭਗਵੰਤ ਮਾਨ ਮੀਡੀਆ ਨੂੰ ਮਿਲੋ ਮੋਦੀ ਦੀ ਤਰ੍ਹਾਂ ਬੰਦ ਹੋ ਜੇ, ਚਾਹੇ ਕੱਲ੍ਹ ਉਹਨੇ ਕਹਿਤਾ ਜੀ ਸਾਰੇ ਜ਼ਿਲ੍ਹਿਆਂ 'ਚ ਚੀਫ ਮਿਨਿਸਟਰ ਦਾ ਦਫ਼ਤਰ ਹੋਊਗਾ, ਇੱਕ ਨੋਡਲ ਅਫਸਰ ਹੋਏਗਾ, ਇਹਦਾ ਮਤਲਬ ਤੁਹਾਡਾ ਪ੍ਰਸ਼ਾਸਨਿਕ ਧਰਾਂਚਾ ਅਤੇ ਮੰਤਰੀ ਸੰਤਰੀ ਬਾਕੀ ਕੀ ਕਰਨਗੇ? ਫਿਰ ਚੀਫ ਮਿਨਿਸਟਰ ਉਸ ਤਰੀਕੇ ਨਾਲ ਉੱਪਰੋਂ ਡਿਕਟੇਟ ਚੀਫ ਮਿਨਿਸਟਰ ਨੂੰ, ਚੀਫ ਮਿਨਿਸਟਰ ਨੀਚੇ ਬਾਕੀ ਬੰਦੇ ਬਾਹਰ ਨੇ। ਪਰ ਕਹਿੰਦੇ ਸਮਾਂ ਚਾਹੀਦਾ ਸਾਨੂੰ ਕੰਮ ਕਰਨ ਦੇ ਲਈ, ਨਹੀਂ ਸਮਾਂ ਤਾਂ ਹੈ ਹੀ ਹੈ, ਸਮਾਂ ਦੇ ਕੇ ਥੋੜ੍ਹੀ ਹੈ ਕਿ ਤੁਸੀਂ
ਜੇ ਰਾਜ ਸਭਾ ਦੇ ਮੈਂਬਰ ਚੋਣ ਲਈ ਸਮਾਂ ਨਹੀਂ ਸੀ ਨਾ ਚਾਹੀਦਾ ਉਹ ਤੋਂ ਤੁਰੰਤ ਚੋਣਨੇ ਸੀ ਉਹ ਕਿਹੜੀ ਕਿਸ ਪਾਸੇ ਜਾ ਰਹੇ ਜਿਵੇਂ ਹਲਵਾਈ ਜੇ ਚੌਲਾਂ ਦਾ ਕੜਾਹਾ ਕੱਢਦਾ ਹੋਵੇ ਉਹ ਸਾਰਾ ਖਾ ਕੇ ਥੋੜ੍ਹੀ ਦੇਖਦਾ ਉਹ ਦੋ ਚੌਲ ਦੇਖ ਲੈਂਦਾ ਵੀ ਬਣ ਗਿਆ ਕਿ ਨਹੀਂ ਬਣ ਗਿਆ ਜਿਹੜੀ ਡਾਇਰੈਕਸ਼ਨ 'ਚ ਤੁਸੀਂ ਜਾ ਰਹੇ ਹੋ ਜਿਹੜੀ ਦਿਸ਼ਾ ਤੁਸੀਂ ਲੈ ਰਹੇ ਹੋ ਉਹ ਦਿਸ਼ਾ ਨਹੀਂ ਹੈ ਪੰਜਾਬ ਦੇ ਉਮੀਦਾਂ 'ਤੇ ਖਰੀ ਉਤਰਨ ਵਾਲੀ ਲੋਕ ਕੀ ਸਦਾ ਸੰਘਰਸ਼ਾਂ 'ਚ ਹੀ ਰਹਿਣਗੇ ਲਗਾਤਾਰ ਸੰਘਰਸ਼ ਹੁੰਦੇ ਨੇ ਸਥਾਈ ਮਸਲੇ ਕੁਛ ਸਮੇਂ ਲਈ ਹੱਲ ਹੋ ਜਾਂਦੇ ਨੇ ਮੁਸ਼ਕਲਾਂ ਫਿਰ ਖੜੀ ਹੋ ਜਾਂਦੀਆਂ ਨੇ ਲੰਮੇ ਸਮੇਂ ਤੋਂ ਤੁਸੀਂ ਦੇਖ ਲਓ ਦਹਾਕਿਆਂ ਦੇਖ ਲਓ ਸਦੀਆਂ ਤੋਂ ਦੇਖ ਲਓ ਲੋਕ ਸੰਘਰਸ਼ ਕਰਦੇ ਆ ਰਹੇ ਨੇ ਤਿੰਨ ਖੇਤੀ ਕਾਨੂੰਨਾਂ 'ਤੇ ਅੰਦੋਲਨ ਹੋਇਆ ਖੇਤੀ ਸਮੱਸਿਆਵਾਂ ਫਿਰ ਖੜੀਆਂ ਨੇ ਹਾਲਾਂਕਿ ਉਹਨਾਂ ਸਮੱਸਿਆਵਾਂ 'ਤੇ ਅੰਦੋਲਨ ਨਹੀਂ ਸੀ ਪਰ ਆਖਰ ਤੱਕ ਲੋਕ ਸੰਘਰਸ਼ ਕਦੋਂ ਕਰਦੇ ਰਹਿਣਗੇ ਕਦੋਂ ਇੱਕ ਉਹ ਸਟੈਬਲਿਸ਼ ਸੁਸਾਇਟੀ ਕਦੋਂ ਹੋਊਗੀ ਨਹੀਂ ਸੰਘਰਸ਼ ਜ਼ਿੰਦਗੀ ਦਾ ਹਿੱਸਾ ਹੈ ਸੰਘਰਸ਼ ਤਾਂ ਹਰ ਵਾਰੀ ਕਰਨਾ ਪਊਗਾ ਛੋਟੇ ਤੋਂ ਬੱਚੇ ਤੋਂ ਲੈ ਕੇ ਵੱਡਾ ਹੋਣ ਤੱਕ ਇੰਡੀਵਿਜੁਅਲ ਬੰਦੇ ਨੂੰ ਵੀ ਕਰਨਾ ਪੈਂਦਾ ਫੈਮਿਲੀ ਨੂੰ ਵੀ ਆਪਦਾ ਗੁਜ਼ਾਰਾ ਕਰਨ ਲਈ ਸਟੇਟਾਂ ਨੂੰ ਵੀ ਦੇਸ਼ਾਂ ਨੂੰ ਵੀ ਸੰਘਰਸ਼ ਕਦੇ ਬੰਦ ਨਹੀਂ ਹੋਏਗਾ ਵੀ ਹੁਣ ਚੁੱਪ ਕਰਕੇ ਬਹਿ ਜਾਓ ਜਿੱਦਣ ਵੀ ਜਿਹੜਾ ਸਮਾਜ ਚੁੱਪ ਕਰਕੇ ਬਹਿ ਗਿਆ ਚੌਕਸੀ ਤੋਂ ਬਿਨਾਂ ਉਹ ਪਛੜੀ ਜਾਂਦਾ ਪਰ ਮੁੜੇ ਨਹੀਂ ਕਰਨ ਉਹ ਜਿੱਡੇ ਹੁਣ ਵੱਡੀਆਂ ਪਾਲਿਸੀਆਂ ਅੱਗੇ ਆ ਰਹੀਆਂ ਨੇ ਹੁਣ ਕਿਸਾਨੀ ਅੰਦੋਲਨ ਓਡਾ ਨਹੀਂ ਨਾ ਵੱਡਾ ਤਾਂ ਨਹੀਂ ਹੋ ਸਕਦਾ ਜੇਕਰ ਹੋਊਗਾ ਤਾਂ ਪੈਸਾ ਤਾਂ ਹੋਰ ਬਹੁਤ ਕੁਛ ਚਾਹੀਦਾ ਉਹਦੇ ਲਈ ਪਰ ਜੇਕਰ ਓਡਾ ਅੰਦੋਲਨ ਨਹੀਂ ਹੋ ਸਕਦਾ ਪਾਲਿਸੀਆਂ ਤਿਆਰ ਨੇ ਤਾਂ ਫਿਰ ਉਹਨਾਂ ਦਾ ਹੱਲ ਕਿਵੇਂ ਨਹੀਂ ਕਿਉਂ ਨਹੀਂ ਹੋ ਸਕਦਾ ਅੰਦੋਲਨ ਇਹ ਤਾਂ ਅੰਦਾਜ਼ਾ ਲਾਉਣੀ ਗੱਲ ਤਾਂ ਕਿਉਂ ਨਹੀਂ ਹੋ ਸਕਦਾ ਪਹਿਲਾਂ ਵੀ ਐਡਾ ਵੱਡਾ ਅੰਦੋਲਨ ਹੋਇਆ ਹੁਣ ਇਕੱਲਾ ਕਿਸਾਨਾਂ ਨੇ ਥੋੜ੍ਹੀ ਲੜਨਾ ਸਾਰੇ ਲੋਕ ਲੜਨਗੇ ਐਡੀ ਵੱਡੀ ਮਹਿੰਗਾਈ ਹੈ ਰੁਜ਼ਗਾਰ ਮਿਲ ਨਹੀਂ ਰਿਹਾ ਉਹ ਇਕੱਲੇ ਕਿਸਾਨਾਂ ਦਾ ਇਸ਼ੂ ਨਹੀਂ ਬਾਕੀ ਸਾਰੇ ਲੋਕਾਂ ਦਾ ਇਸ਼ੂ ਹੈ ਸਾਰੇ ਸਮਾਜ ਦਾ ਜਦੋਂ ਸਮਾਜ ਉੱਠਦਾ ਤਾਂ ਵੱਡੀਆਂ ਤਬਦੀਲੀਆਂ ਵੀ ਆਉਂਦੀਆਂ ਨੇ ਇਕੱਲਾ ਉਹਨੇ ਨਾਲ ਲਈ ਉਹ ਫਿਰ ਲਿਮਿਟਡ ਇਕੱਲੀ ਗੱਲ ਨਹੀਂ ਰਹਿੰਦੀ ਇਸ ਕਰਕੇ ਇੰਨਾ ਤੰਗ ਪਰੇਸ਼ਾਨ ਸਮਾਜ ਕਿੰਨਾ ਕੁ ਚਿਰ ਚੱਲ ਪਾਊਗਾ ਮੈਨੂੰ ਨਹੀਂ ਲੱਗਦਾ ਜ਼ਿਆਦਾ ਚਿਰ ਚੱਲਦਾ ਸਮਾਜ ਰਿਵੋਲਟ ਕਰਦਾ ਗੱਲ ਕਰਦਾ ਅਤੇ ਸਰਕਾਰਾਂ ਨੂੰ ਵੀ ਪਾਲਿਸੀਆਂ ਮਜਬੂਰ ਆਪਣੀਆਂ ਤਬਦੀਲੀ ਦੀ ਮਨਜ਼ੂਰ ਮਜਬੂਰ ਕਰਦਾ ਜੋ ਪੰਜਾਬ ਪੋਲੀਟਿਕਸ ਹੈ ਮੇਰਾ ਆਖਰੀ ਸਵਾਲ ਜੋ ਪੰਜਾਬ ਪੋਲੀਟਿਕਸ ਹੈ ਆਮ ਆਦਮੀ ਪਾਰਟੀ ਨੂੰ 92 ਸੀਟਾਂ ਮਿਲੀਆਂ ਇਸ ਤੋਂ ਬਾਅਦ ਪੰਜਾਬ ਦੀ ਪੋਲੀਟਿਕਸ ਪ੍ਰਭਾਵਿਤ ਕਿਵੇਂ ਹੋਊਗੀ ਨਹੀਂ ਪ੍ਰਭਾਵਿਤ ਹੀ ਹੈ ਪੰਜਾਬ ਦੀ ਪੋਲੀਟਿਕਸ ਇੱਕ ਲੈਵਲ ਦੀ ਪ੍ਰਭਾਵਿਤ ਹੋ ਕੇ ਦੇਖੋ ਜੀ ਇੱਕ ਲੋਕਾਂ 'ਚ ਕੌਨਫੀਡੈਂਸ ਆ ਗਿਆ ਕਿ ਅਸੀਂ ਬਦਲ ਸਕਦੇ ਹਾਂ ਇੰਨੇ ਇੰਨੇ ਪੁਰਾਣੇ ਇੰਨੇ ਇੰਨੇ ਪੈਸੇ ਵਾਲੇ ਅਤੇ ਇੰਨੇ ਇੰਨੇ ਬੰਦਿਆਂ ਨੂੰ ਬਦਲ ਸਕਦੇ ਹਾਂ ਅਤੇ ਹੁਣ ਜੇਕਰ ਇਹ ਨਹੀਂ ਕੰਮ ਕਰਨਗੇ ਜਾਂ ਇਹੋ ਜਿਹੇ ਕੰਮ ਕਰਨਗੇ ਜੇ ਜੇ ਦੂਜੇ ਕਰਦੇ ਨੇ ਤਾਂ ਇਹਨਾਂ ਨੂੰ ਵੀ ਬਦਲ ਦੇਣਗੇ ਇਹਨਾਂ ਨੂੰ ਬਦਲ ਕੇ ਫਿਰ ਇੱਕ ਨਵਾਂ ਸਟੈਪ ਚੱਲੂ ਵੀ ਯਾਰ ਆਪਾਂ ਇਹ ਵੀ ਬਦਲ ਕੇ ਦੇਖ ਲਏ ਇੱਕ ਮੌਕਾ ਦੇ ਕੇ ਅਤੇ ਬਾਕੀ ਤਾਂ ਬਾਲ ਬਦਲੇ ਲਏ ਤਾਂ ਹੁਣ ਕੀ ਕੀਤਾ ਜਾਏ ਫਿਰ ਉਹ ਕੀ ਕੀਤਾ ਦੇ ਸਵਾਲ 'ਚੋਂ ਇੱਕ ਏਜੰਡਾ ਕੋਈ ਉਭਰਨਾ ਚਾਹੀਦਾ ਔਰ ਉਸ ਏਜੰਡੇ ਨੂੰ ਇਹ ਬੌਧਿਕ ਤਬਕੇ ਦਾ ਵੀ ਅਤੇ ਪਾਰਟੀਆਂ ਜਨਤਕ ਜਥੇਬੰਦੀਆਂ ਸਭ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਦੀ ਤਲਾਸ਼ ਕਰਨ ਜਿਹੜਾ ਏਜੰਡਾ ਪੰਜਾਬ ਨੂੰ ਬਚਾ ਸਕੇ ਉਹ ਏਜੰਡਾ ਫੈਡਰਲਿਜ਼ਮ ਦਾ ਹੈ ਉਹ ਭਾਰਤ ਪਾਕ ਸੰਬੰਧਾਂ ਦੀ ਬਿਹਤਰੀ ਦਾ ਹੈ ਉਹ ਹੇਠਾਂ ਤੱਕ ਪਾਵਰਾਂ ਨੂੰ ਤਾਕਤ ਨੂੰ ਡੀਸੈਂਟਰਲਾਈਜ਼ ਕਰਨ ਦਾ ਮਤਲਬ ਉਹ ਜਿਹੜੇ ਢਾਂਚੇ 'ਚ ਤਬਦੀਲੀ ਕਰੇ ਜਿਵੇਂ ਢਾਂਚਾ ਤਬਦੀਲ ਹੋਏਗਾ ਤਾਂ ਹੀ ਚੀਜ਼ਾਂ ਬਦਲਣੀਆਂ ਨੇ ਢਾਂਚਾ ਤਬਦੀਲ ਨਹੀਂ ਹੋਊਗਾ ਇਕੱਲਾ ਬੰਦਾ ਬਦਲ ਦੋਗੇ ਜਾਂ ਪਾਰਟੀ ਬਦਲੋਗੇ ਉਹਦੇ ਨਾਲ ਨਹੀਂ ਹੋਊਗਾ ਔਰ ਇਹ ਲੋਕਾਂ 'ਚ ਪਹਿਲਾ ਕਦਮ ਜਿਹੜਾ ਇਹ ਹੈ ਇਹ ਅਗਲੇ ਕਦਮ ਲਈ ਸੋਝੀ ਪੈਦਾ ਕਰੂਗਾ ਆਖਰੀ ਸਵਾਲ ਇੱਕ ਹੋਰ ਜੋ ਕਿਰਦਾਰ ਨੇ ਲੀਡਰਾਂ ਦੇ ਜੋ ਲਗਾਤਾਰ ਗ੍ਰਾਫ ਥੱਲੇ ਜਾ ਰਿਹਾ ਇਸ ਕਿਰਦਾਰ ਦੇ ਨਾਲ ਫਿਰ ਲੜਾਈ ਕਿਵੇਂ ਲੜ ਸਕਦੇ ਹਾਂ ਪੰਜਾਬ ਦੀ ਨਹੀਂ ਕਿਰਦਾਰ ਬਣ ਜਾਂਦੇ ਨੇ ਆਹ ਜਿਹੜੇ ਸਾਰੇ ਕਿਸਾਨ ਲੀਡਰਾਂ 'ਤੇ ਵੀ ਲੋਕ ਇੰਨੇ ਸਵਾਲ ਉਠਾਉਂਦੇ ਸੀ ਪਰ ਉਹਨਾਂ ਨੇ ਲੜਿਆ ਨਾ ਲੜਾਈ ਔਰ ਬਾਕੀ ਲੋਕ ਵੀ ਲੜਨਗੇ ਕਈ ਵਾਰ ਲੀਡਰ ਦੇ ਤਾਂ ਬੰਦਿਆਂ ਦੇ ਬਸ 'ਚ ਨਹੀਂ ਰਹਿੰਦਾ ਹਾਲਾਤ ਤੁਹਾਨੂੰ ਧੱਕ ਕੇ ਉੱਥੇ ਲੈ ਜਾਂਦੇ ਨੇ ਐਡਾ ਬਣਾ ਦਿੰਦੇ ਨੇ ਕਈ ਵਾਰ ਗਲਤ ਬੰਦੇ ਨੂੰ ਵੀ ਠੀਕ ਰਾਹ 'ਤੇ ਚਲਾ ਦਿੰਦੇ ਨੇ ਔਰ ਠੀਕ ਬੰਦੇ ਨੂੰ ਗਲਤ ਰਾਹ 'ਤੇ ਚਲਾ ਦਿੰਦੇ ਨੇ ਜਦੋਂ ਬੰਦਿਆਂ ਨੂੰ ਰੁਤਬਾ ਮਿਲਣ ਲੱਗਦਾ ਜਾਂ ਲੋਕਾਂ ਦੀ ਇੱਛਾ ਦਾ ਉਹਨੂੰ ਪਤਾ ਲੱਗਦਾ ਉਹਦੀ ਨਬਜੋ ਟਟੋਲਦਾ ਤਾਂ ਆਪ ਹੀ ਉਸ ਰਸਤੇ ਵੱਡੇ ਬੰਦੇ ਜਿਹੜੇ ਪੈਦਾ ਹੁੰਦੇ ਨੇ ਉਹ ਹਾਲਾਤ 'ਤੇ ਲੋਕ ਕਰਦੇ ਨੇ ਜੋ ਫੈਸਲਾ SSM ਤੋਂ ਚੋਣਾਂ ਲੜਨ ਦਾ ਲਿਆ ਗਿਆ ਸੀ ਨਹੀਂ ਉਹਨਾਂ ਨੇ ਆਪਣੇ ਮੁਤਾਬਕ ਠੀਕ ਲਿਆ ਫੈਸਲਾ ਜਦੋਂ ਵੀ ਲਿਆ ਮਤਲਬ ਮੈਨੂੰ ਲੱਗਦਾ ਉਹ 'ਚ ਦੇਰੀ ਬਹੁਤ ਹੋ ਗਈ ਕਈ ਕਾਰਨ ਰਹੇ ਵੀ ਆਪ ਨਾਲ ਕਰਨਾ ਜਾਂ ਨਹੀਂ ਕਰਨਾ ਇਹਦੇ 'ਚ ਬੜਾ ਚਿਰ ਦੇਖਦੇ ਰਹੇ ਔਰ ਜਾਂਦੇ ਜਾਂਦੇ ਉਹ ਫਿਰ ਨੇੜੇ ਲਾਉਂਦੇ ਗਏ ਗੱਲਾਂ ਨੇੜੇ ਲਾਉਂਦੇ ਜਾਂ ਤੁਹਾਡੇ ਕੋਲ ਰਿਹਾ ਹੀ ਨਹੀਂ ਕੁਛ ਅਤੇ ਅਗਲੇ ਨੇ ਚੱਕ ਕੇ ਪਰਾਂ ਕੀਤਾ ਇਸ ਲਈ ਨਾ ਤੁਸੀਂ ਕੋਈ ਏਜੰਡਾ ਉਭਾਰਿਆ ਪਹਿਲਾਂ ਹੀ ਪਹਿਲਾਂ ਏਜੰਡਾ ਉਭਾਰਦੇ ਉਹ ਤੋਂ ਬਾਅਦ ਕਿਸੇ ਚੋਣ ਚਾਹੁੰਦੇ ਤਾਂ ਲੱਗ ਗਿਆ ਤੁਹਾਡਾ ਤਾਂ ਏਜੰਡਾ ਪਤਾ ਹੀ ਨਹੀਂ ਲੱਗਿਆ ਜਦ ਜਾ ਕੇ ਮਾੜਾ ਮੋਟਾ ਕਰ ਵੀ ਦਿੱਤਾ ਉਹਨੂੰ ਕੌਣ ਪੁੱਛਦਾ ਉਹ ਕਿਸੇ ਨੇ ਛੇੜਿਆ ਹੀ ਨਹੀਂ ਹੈ ਇਸ ਕਰਕੇ ਦੂਜੀ ਗੱਲ ਇਹ ਸੀ ਕਿ ਕਿੰਨੇ ਵਾਰ ਕੇ ਦਲਿਤ ਸੈਕਸ਼ਨ ਹੈ ਬਾਕੀ ਦੇ ਲੋਕ ਨੇ ਉਹਨਾਂ ਨੂੰ ਕੋਈ ਸ਼ਮੂਲੀਅਤ ਕੋਈ ਪਾਰਟੀ ਸਟਰਕਚਰ ਕਿਹੜਾ ਸੀ ਆਪ ਹੀ 10 ਬੰਦਿਆਂ ਨੇ ਇੱਕ ਪਾਰਟੀ ਰਜਿਸਟਰ ਕਰਾਉਣ ਲਈ ਗੱਲ ਕਰਤੀ ਜਿਹੜੀਆਂ ਯੂਨੀਅਨਾਂ ਨੇ ਇਕੱਲੇ ਯੂਨੀਅਨ ਦਾ ਇਹ ਕੰਮ ਨਹੀਂ ਹੁੰਦਾ ਇਹ ਸਮਾਜ ਦੇ ਇੱਕ ਵੱਡੇ ਦਾਇਰੇ ਦਾ ਕੰਮ ਹੁੰਦਾ ਉਹਦੇ ਲਈ ਪੋਲੀਟੀਕਲ ਵਿਜ਼ਡਮ ਦੀ ਲੋੜ ਸੀ ਇੱਕ ਜਿਹੜੀ ਤੋਂ ਥੋੜ੍ਹੇ ਜਿਹੇ ਨਿਰਲੇਪ ਰਹਿ ਗਈ ਪਰ ਫਿਰ ਵੀ ਇਹ ਵੀ ਇੱਕ ਐਕਸਪੀਰੀਅੰਸ ਆ ਆਪਣੇ ਲੈਵਲ ਦਾ ਸ਼ਾਇਦ ਉਹਦੇ 'ਚੋਂ ਵੀ ਪੋਜ਼ਿਟਿਵ ਰਿਜ਼ਲਟ ਨਿਕਲੇ ਜਾ ਸਕਦੇ ਨੇ ਕੋਈ ਬੜੀ ਗੱਲ ਜੀ ਅਮੀਰ ਜੀ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ ਧੰਨਵਾਦ ਜੀ ਦੋਸਤੋ ਸਾਡੇ ਨਾਲ ਜੁੜੇ ਹੋਏ ਸੀ ਸੀਨੀਅਰ ਪੱਤਰਕਾਰ ਸਰਦਾਰ ਅਮੀਰ ਸਿੰਘ ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਾਣਾ ਚੈਨਲ ਪੰਜਾਬੀ ਦੇ ਧੰਨਵਾਦ